ਸੀਈਓ ਪੰਜਾਬ ਦੇ ਸੋਸ਼ਲ ਮੀਡੀਆ ਹੈਂਡਲਸ ਤੇ ਸਭਨਾਂ ਦਾ ਬਹੁਤ-ਬਹੁਤ ਸਵਾਗਤ। ਮੈਂ ਹਾਂ ਨਰਿੰਦਰਪਾਲ ਸਿੰਘ ਜਗਦੇਓ। ਲੋਕ ਸਭਾ ਚੋਣਾਂ 2024 ਦੌਰਾਨ ਬਹੁਤ ਸਾਰੀਆਂ ਗੱਲਾਂ, ਜਾਣਕਾਰੀਆਂ ਤੇ ਇੰਟਰਸਟਿੰਗ ਫੈਕਟ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹੇ ਹਾਂ ਤੇ ਇਸ ਲਾਸਟ ਪੋਡਕਾਸਟ ਦੇ ਵਿੱਚ ਵੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਮਰਨ ਸੀਰ ਜੀ ਹੋਰਾਂ ਤੋਂ ਕੁਝ ਹੋਰ ਦਿਲਚਸਪ ਤੇ ਰੌਚਕ ਸਵਾਲਾਂ ਦੇ ਜਵਾਬ ਲੈ ਸਕੀਏ। ਸਰ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ। 1 ਜੂਨ ਨੂੰ ਸਰ ਹੁਣ ਵੋਟਾਂ ਪਾਉਣ ਜਾਣਾ ਜੀ ਸਾਰੇ ਪੰਜਾਬ ਨੇ। ਮੰਨ ਲਓ ਕਿਸੇ ਕੋਲ ਸਰ ਨਾ ਤਾਂ ਫੋਟੋ ਪਹਿਚਾਣ ਪੱਤਰ ਆ ਜਿਹੜਾ ਵੋਟਰ ਸਲਿੱਪ ਦਿੰਦੇ ਨੇ ਜੀ, ਔਰ ਜਿਹੜੇ BLOs ਘਰਾਂ 'ਚ ਜਾ ਕੇ ਸਲਿੱਪਾਂ ਦਿੰਦੇ ਨੇ ਉਹ ਵੀ ਨਹੀਂ ਹੈ, ਤਾਂ ਸਰ ਉਹ ਕਿਹੜੇ ਦਸਤਾਵੇਜ਼ ਨੇ ਜਿਨ੍ਹਾਂ ਨੂੰ ਦਿਖਾ ਕੇ ਇੱਕ ਵੋਟਰ ਆਪਣੀ ਵੋਟ ਪਾ ਸਕਦਾ ਹੈ? ਪਹਿਲੇ ਤੋਂ ਵੋਟਰ ਨੂੰ ਇਹ ਚੈੱਕ ਕਰਨਾ ਚਾਹੀਦਾ ਕਿ ਉਹਨਾਂ ਦੀ ਨਾਂ ਵੋਟਰ ਲਿਸਟ ਵਿੱਚ ਹੈ। ਤਾਂ ਸਾਡੀ ਇੱਕ NVSP ਪੋਰਟਲ ਹੈ, ਉਹਦੇ ਵਿੱਚ ਜਾ ਕੇ ਚੈੱਕ ਕਰ ਸਕਦਾ ਹੈ ਕਿ ਉਹਨਾਂ ਦੀ ਵੋਟਰ ਹੈਲਪਲਾਈਨ ਐਪ ਵੀ ਹੈ, ਉਹਦੇ ਵਿੱਚ ਵੀ ਚੈੱਕ ਕਰ ਸਕਦਾ ਹੈ ਕਿ ਉਹਨਾਂ ਦੀ ਵੋਟਰ ਲਿਸਟ ਦੇ ਵਿੱਚ ਹੈ ਕਿ ਨਹੀਂ। ਤਾਂ ਵੋਟ ਹੈ ਤਾਂ ਡੈਫੀਨੇਟਲੀ ਉਹਨਾਂ ਨੂੰ, ਚਾਹੇ ਉਹਨਾਂ ਦੇ ਕੋਲ ਐਪਿਕ ਹੈ ਜਾਂ ਵੋਟਰ ਸਲਿੱਪ ਵਗੈਰਾ ਨਹੀਂ ਹੈ, ਫਿਰ ਵੀ ਉਹ ਵੋਟ ਕਰ ਸਕਦਾ ਹੈ। ਉਹਨਾਂ ਦੇ ਕੋਲ 12 ਜੋ ਗਵਰਨਮੈਂਟ ID ਕਾਰਡ ਹੈ, ਗਵਰਨਮੈਂਟ ਵੱਲੋਂ ਇਸ਼ੂ ਕੀਤੀ ਹੋਈ ID ਕਾਰਡ ਹੈ, ਫੋਟੋ ID ਕਾਰਡ ਉਹ ਹੈ ਤਾਂ ਉਹਨਾਂ ਨੂੰ ਉਹ ਵੋਟ ਕਰ ਪਾਏਗਾ। ਪਰ ਜੋ 12 ਵੋਟ ਜੋ ID ਕਾਰਡ ਹੈ ਉਹ ਮੋਸਟਲੀ UID ਕਾਰਡ, ਆਧਾਰ ਕਾਰਡ ਜੋ ਅਸੀਂ ਕਹਤੇ, ਅਤੇ ਆਧਾਰ ਕਾਰਡ ਜਾਂ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ ਜਾਂ ਕੋਈ ਬੈਂਕ ਦਾ ਪਾਸਬੁੱਕ ਟਾਈਪ ਦੀ, ਔਰ ਕੋਈ ਵੀ ਡਿਸੇਬਿਲਿਟੀ ID ਕਾਰਡ ਵੀ ਹੋ ਸਕਦਾ ਹੈ, ਜਾਂ ਗਵਰਨਮੈਂਟ ਵੱਲੋਂ ਕੁਛ ਸਰਵਿਸ ID ਕਾਰਡ ਇਸ਼ੂ ਕਰਦੇ, ਕੁਛ ਪੈਨਸ਼ਨਰਸ ਨੂੰ ਜੋ ਕਾਰਡ ਹੁੰਦੇ ਹੈ ਉਹ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੀ ਕੋਈ ਵੀ ਜੋ ਗਵਰਨਮੈਂਟ ਵੱਲੋਂ ਇਸ਼ੂ ਕੀਤੀ ਹੋਈ ਫੋਟੋ ID ਕਾਰਡ ਹੈ ਤਾਂ ਉਹ 12 ਆਈਡੈਂਟੀ ਕਾਰਡ ਅਸੀਂ ਪ੍ਰਿਸਕ੍ਰਾਈਬ ਕੀਤੀ ਹੋਈ ਹੈ, ਉਹਦੇ ਵਿੱਚ ਕਿਸੇ ਵੀ ਹੈ ਤਾਂ ਉਹ ਆਪਣੇ ਪੋਲਿੰਗ ਸਟੇਸ਼ਨ 'ਤੇ ਜਾ ਕੇ ਵੋਟ ਕਰ ਪਾਏਗਾ। ਠੀਕ ਹੈ ਜੀ। ਅੱਛਾ, ਵੋਟ ਪਾਉਣ ਦਾ ਉਹਦਾ ਮਨ ਬਣ ਗਿਆ ਜੀ, ਠੀਕ ਹੈ ਮੈਂ ਵੋਟ ਪਾਉਣ ਚੱਲਿਆ ਹਾਂ, ਬਾਹਰ ਮੰਨ ਲਈਏ ਬਹੁਤ ਜ਼ਿਆਦਾ ਗਰਮੀ ਹੈ ਜੀ, ਅਤੇ ਉਹ ਐਕਸਕਿਊਜ਼ ਕਰ ਸਕਦਾ ਕਿ ਹਲੇ ਗਰਮੀ ਬਹੁਤ ਜ਼ਿਆਦਾ ਮੈਂ ਨਹੀਂ ਜਾਣਾ, ਜਾਂ ਹੋ ਸਕਦਾ ਜੇ ਉੱਥੇ ਭੀੜ ਹੋਈ ਤਾਂ ਮੈਨੂੰ ਉੱਥੇ ਇੰਤਜ਼ਾਰ ਕਰਨਾ ਪਊਗਾ। ਕੋਈ ਇਹੋ ਜਿਹਾ ਅਸੀਂ ਪ੍ਰਬੰਧ ਕੀਤਾ ਹੈ ਜੀ ਕਿ ਉਹ ਪਤਾ ਕਰ ਸਕਣ ਕਿ ਉਹਨਾਂ ਦੇ ਬੂਥ ਦੇ ਵਿੱਚ ਇਸ ਸਮੇਂ ਕਿੰਨੇ ਲੋਕ ਕਤਾਰ ਦੇ ਵਿੱਚ, ਕਿਊ ਦੇ ਵਿੱਚ ਖੜ੍ਹੇ ਹੈਗੇ ਨੇ? ਹਾਂਜੀ, ਸਾਡੇ ਵੱਲੋਂ ਇਸ ਵਾਰ ਇੱਕ ਵਟਸਐਪ ਨੰਬਰ ਸ਼ੇਅਰ ਕੀਤੀ ਹੋਈ ਹੈ ਸਾਰਿਆਂ ਦੇ ਲਈ। ਅਸੀਂ ਇਹ ਨੰਬਰ ਹੈ 7447447217, ਇਹ ਨੰਬਰ ਅਸੀਂ ਪ੍ਰਿੰਟ ਮੀਡੀਆ ਦੇ ਵਿੱਚ ਵੀ, ਇਲੈਕਟ੍ਰੋਨਿਕ ਮੀਡੀਆ ਔਰ ਸੋਸ਼ਲ ਮੀਡੀਆ ਸਾਰੇ ਦੇ ਵਿੱਚ ਲੋਕਾਂ ਨੂੰ ਸ਼ੇਅਰ ਕੀਤੀ ਹੋਈ ਹੈ। ਉਹ ਬਹੁਤ ਹੀ ਸਿੰਪਲ ਟਾਈਪ ਆਫ ਵਟਸਐਪ, ਜੋ ਵੀ ਅਸੀਂ ਮੈਸੇਜ ਕਰਦੇ ਹੈ ਤਾਂ ਉਹ ਸਿੰਪਲ ਟਾਈਪ ਆਫ ਮੈਸੇਜ ਇਸ ਨੰਬਰ 'ਤੇ 7447447217 'ਤੇ ਉਹ ਸਿਰਫ ਵੋਟ ਕਰਕੇ ਮੈਸੇਜ ਕਰੇਗਾ ਤਾਂ ਉਹਨਾਂ ਨੂੰ ਆਪਣੇ ਆਪ ਸਾਰੇ ਡਿਟੇਲ ਉਹਦੇ ਵਿੱਚੋਂ ਆ ਜਾਏਗਾ। ਉਹਨਾਂ ਨੂੰ ਡਾਇਰੈਕਟ ਕੀਤੀ ਜਾਵੇਗੀ ਕਿ ਤੁਹਾਡੀ ਬੂਥ ਨੰਬਰ ਕੀ ਹੈ, SC ਨੰਬਰ ਕੀ ਹੈ, ਕਿਹੜਾ ਸਟੇਟ ਹੈ, ਕਿਹੜਾ ਡਿਸਟ੍ਰਿਕਟ ਵਗੈਰਾ, ਤਾਂ ਉਸ ਹਿਸਾਬ ਨਾਲ ਉਹ ਆਪਣੇ ਪੋਲਿੰਗ ਸਟੇਸ਼ਨ ਦੇ ਵਿੱਚ ਕਤਾਰ ਦੇ ਵਿੱਚ ਕਿੰਨੇ ਬੰਦੇ ਹੈ ਉਹ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਜਾਏਗਾ, ਉਸ ਹਿਸਾਬ ਨਾਲ ਉਹ ਆਪਣੇ ਵੋਟਿੰਗ ਪਲਾਨ ਕਰ ਸਕਦੇ ਹੈ। ਇਹ ਬੇਸਿਕਲੀ ਹੀਟ ਵੇਵ ਕਰਕੇ ਵੀ ਅਸੀਂ ਇੱਕ ਨਵੀਂ ਉਪਰਾਲਾ ਕੀਤਾ ਹੈ ਲੋਕਾਂ ਦੇ ਲਈ, ਤਾਂ ਕਿ ਲੋਕਾਂ ਨੂੰ ਵੀ ਫਾਇਦਾ ਹੋ ਜਾਵੇ, ਉਹ ਸਾਡੇ ਲਈ ਵੀ ਫਾਇਦਾ ਹੈ ਕਿਉਂਕਿ ਉਹ ਕਰਾਊਡ ਮੈਨੇਜਮੈਂਟ ਵਗੈਰਾ ਪੋਲਿੰਗ ਸਟੇਸ਼ਨ 'ਤੇ ਚੰਗੀ ਤਰ੍ਹਾਂ ਸੇ ਕਰ ਪਾਏਗਾ। ਇੱਕ ਸਰ ਬੜਾ ਅਹਿਮ ਸਵਾਲ ਹੈ ਜੀ ਹੋਰ,
ਜੇਕਰ ਕੋਈ ਵਿਅਕਤੀ ਵੋਟ ਪਾਉਣੀ ਚਾਹੁੰਦਾ ਆ ਪਰ ਉਹਨੂੰ ਕੋਈ ਵਿਅਕਤੀ ਵੋਟ ਪਾਉਣ ਤੋਂ ਰੋਕਦਾ ਆ ਜਾਂ ਉਸਦੇ ਕੋਈ ਦਬਾਅ ਬਣਾਉਂਦਾ ਆ, ਉਹਦੇ ਖਿਲਾਫ਼ ਕੋਈ ਕਾਰਵਾਈ ਐਕਸ਼ਨ ਹੋ ਸਕਦਾ ਜੀ ਜਿਹੜਾ ਵੋਟ ਪਾਉਣ ਤੋਂ ਰੋਕਦਾ ਆ? ਸਾਡੀ ਜੋ ਰਿਪ੍ਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਦੇ ਵਿੱਚ ਕਾਫ਼ੀ ਇਲਾਬਰੇਟ ਪ੍ਰੋਵਿਜ਼ਨ ਹੈ ਅਤੇ IPC ਦੇ ਵਿੱਚ ਵੀ ਪ੍ਰੋਵਿਜ਼ਨ ਹੈ ਜੋ ਅਨਡਿਊ ਇਨਫਲੂਐਂਸ ਐਟ ਇਲੈਕਸ਼ਨ ਹੈ ਉਹ ਇੱਕ ਕਾਨੂੰਨੀ ਜੁਰਮ ਹੈ। ਤੋ ਕੋਈ ਵੀ ਇਸ ਤਰ੍ਹਾਂ ਦੀ ਵਿਅਕਤੀ ਜੋ ਕਿਸੇ ਨੂੰ ਦਬਾਅ ਪਾ ਕੇ ਕਿਸੇ ਨੂੰ ਵੋਟ ਕਰਨ ਦੇ ਲਈ ਪ੍ਰੇਰਿਤ ਕਰ ਰਿਹਾ ਹੈ ਜਾਂ ਕਿਸੇ ਉਹ ਉਹਨਾਂ ਨੂੰ ਰੋਕ ਰਿਹਾ ਹੈ ਤਾਂ ਦੋਨੋਂ ਕੇਸਿਸ ਦੇ ਵਿੱਚ ਇਹ ਕਾਨੂੰਨੀ ਜੁਰਮ ਹੈ ਅਤੇ ਉਹਨਾਂ ਦੀ ਜੋ ਵੀ ਉਹ ਜੁਰਮ ਹੈ ਉਹਦੇ ਖਿਲਾਫ਼ ਕਾਰਵਾਈ ਕਰਨ ਦੀ ਐਕਟ ਦੇ ਵਿੱਚ ਪ੍ਰੋਵਿਜ਼ਨ ਹੈ, ਬੋਥ ਰਿਪ੍ਰੈਜ਼ੈਂਟੇਸ਼ਨ ਪੀਪਲਸ ਐਕਟ ਐਸ ਵੈਲ ਐਸ IPC। ਅਤੇ ਇੱਕ ਸਰ ਆਮ ਜਦੋਂ ਅਸੀਂ ਜਾਣਾ ਆ ਜਾ ਕੇ ਮਸ਼ੀਨ ਦਾ ਬਟਨ ਦੱਬਣਾ ਆ, ਇੱਕ ਮਸ਼ੀਨ 'ਤੇ ਸਰ ਕਿੰਨੇ ਬਟਨ ਹੁੰਦੇ ਨੇ ਜੀ? ਆਮ ਜਨਰਲ ਜਿਹਾ ਸਵਾਲ ਹੈ। ਦੇਖੋ EVM ਮਸ਼ੀਨ ਦੇ ਵਿੱਚ ਨੋਰਮਲੀ 16 ਬਟਨ ਜੋ BU ਬੈਲਟਿੰਗ ਯੂਨਿਟ ਕਹਿੰਦੇ ਆ ਉਹਨਾਂ ਨੂੰ ਜੋ ਨੋਰਮਲੀ ਲੋਕ ਵੋਟਿੰਗ ਵਾਸਤੇ ਦੱਬਦੇ ਹੈ ਉਹ ਬੈਲਟਿੰਗ ਯੂਨਿਟ ਹੈ, ਉਹਦੇ ਵਿੱਚ 16 ਬਟਨਸ ਹੁੰਦੀ ਹੈ ਅਤੇ 15 ਨੋਰਮਲੀ ਕੈਂਡੀਡੇਟ ਹੁੰਦੇ, 16 ਜੋ ਹੈ 16 ਬਟਨ ਜੋ ਹੈ ਉਹ ਨੋਟਾ ਦੀ ਹੁੰਦੀ ਹੈ। ਤੋ ਇਸ ਤਰ੍ਹਾਂ ਦੀ 16 ਬੈਲਟਿੰਗ ਯੂਨਿਟ ਦੇ ਵਿੱਚ ਬਟਨਸ ਹੁੰਦੀ ਹੈ। ਮਤਲਬ ਸਰ ਜਿਸ ਤਰ੍ਹਾਂ ਤੁਸੀਂ ਲਾਸਟ ਦੱਸਿਆ ਸੀ ਕਿ ਲੁਧਿਆਣੇ ਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟ ਨੇ 43-43, ਇਹਦਾ ਮਤਲਬ ਉੱਥੇ 16×3=48, ਮਤਲਬ ਉੱਥੇ 3 ਮਸ਼ੀਨਾਂ ਲੱਗਣਗੀਆਂ ਜੀ? 3 ਬੈਲਟਿੰਗ ਯੂਨਿਟ ਲੱਗਣਗੇ, ਇੱਕ ਕੰਟਰੋਲਿੰਗ ਯੂਨਿਟ, ਇੱਕ VVPAT ਲੱਗਣ। ਠੀਕ ਹੈ ਜੀ। ਅਤੇ ਉਹ ਸਰ ਪੈਰਲਰ ਪਏ ਹੁੰਦੇ ਨੇ ਜੀ ਉਹ ਆਮ ਜਾਣਕਾਰੀ, ਕਿਉਂਕਿ ਕਈ ਵਾਰ ਬੰਦਾ ਇੱਕੋ ਦੇਖ ਲੈਂਦਾ ਵੀ ਸ਼ਾਇਦ ਇਹੀ ਕੈਂਡੀਡੇਟ ਨੇ। ਨਹੀਂ ਉਹ ਕੰਟਰੋਲਿੰਗ ਯੂਨਿਟ ਦਾ ਉਹ ਨੋਰਮਲੀ ਆਪਣੇ ਪੋਲਿੰਗ ਆਫਿਸਰ ਦੇ ਕੋਲ ਹੁੰਦਾ ਜੋ ਉਹਨਾਂ ਨੂੰ ਐਕਟੀਵੇਟ ਕਰਦਾ ਹੈ। ਬੈਲਟਿੰਗ ਯੂਨਿਟ ਉਹ ਜੋ ਵੋਟਿੰਗ ਕੰਪਾਰਟਮੈਂਟ ਕਹਿੰਦੇ ਉਹਦੇ ਵਿੱਚ ਹੀ ਆਉਂਦੇ ਆ ਬੈਲਟਿੰਗ ਯੂਨਿਟ ਪਲੱਸ VVPAT। ਤੋ ਜਿੱਥੇ ਬੈਲਟਿੰਗ ਯੂਨਿਟ ਦੇ ਵਿੱਚ ਕੈਂਡੀਡੇਟਸ ਦੀ ਸੀਰੀਅਲ ਵਾਈਜ਼ ਨੰਬਰ ਹੁੰਦੀ ਹੈ, ਇੱਕ ਤੋਂ ਲੈ ਕੇ 43 ਤੱਕ, ਫੋਰ ਐਗਜ਼ਾਮਪਲ ਲੁਧਿਆਣਾ 101 ਤੋਂ ਲੈ ਕੇ 43 ਤੱਕ ਹੁੰਦੀ ਹੈ ਅਤੇ ਜੋ 44 ਤੇ ਉਹ ਨੋਟਾ ਦੀ ਹੁੰਦੀ ਹੈ ਅਤੇ ਪਹਿਲੇ ਜੋ ਹੁੰਦੀ ਹੈ ਉਹ ਹੁੰਦੀ ਹੈ ਰਿਕਗਨਾਈਜ਼ਡ ਕੈਂਡੀਡੇਟਸ, ਜੋ ਰਿਕਗਨਾਈਜ਼ਡ ਪੋਲੀਟੀਕਲ ਪਾਰਟੀਜ਼ ਦੇ ਕੈਂਡੀਡੇਟ ਹੁੰਦੀ ਹੈ। ਉਸ ਤੋਂ ਬਾਅਦ ਫਿਰ ਅਲਫਾਬੈਟਿਕ, ਉਹ ਵੀ ਅਲਫਾਬੈਟਿਕਲੀ ਹੁੰਦੇ, ਉਸ ਤੋਂ ਬਾਅਦ ਫਿਰ ਜੋ ਇੰਡੀਪੈਂਡੈਂਟ ਕੈਂਡੀਡੇਟ ਹੈ ਉਹਨਾਂ ਦੀ ਅਲਫਾਬੈਟਿਕਲੀ ਲਿਸਟ ਅਤੇ ਲਾਸਟ ਤੱਕ ਆਉਂਦੀ ਹੈ ਐਂਡ 44th ਹੁੰਦੀ ਹੈ ਨੋਟਾ। ਕੋਈ ਇੱਦਾਂ ਦਾ ਸਮਾਂ ਹੁੰਦਾ ਹੈ ਜੀ ਕਿ ਵਿਅਕਤੀ ਵੋਟ ਪਾਉਣ ਗਿਆ ਆ ਪਾਰਟੀਕੁਲਰ ਵੀ ਇੰਨੇ ਟਾਈਮ ਦੇ ਵਿੱਚ ਉਹ ਵੋਟ ਪਾ ਕੇ ਆ ਜਾਏ ਜਾਂ ਉੱਥੇ ਖੜ ਕੇ ਸੋਚ ਸਕਦਾ, ਕੋਈ ਪਾਰਟੀਕੁਲਰ ਟਾਈਮ ਹੈ ਜੀ ਵੋਟ ਪਾਉਣ ਦਾ? ਨਹੀਂ ਕੋਈ ਪਰਟੀਕੁਲਰ ਟਾਈਮ ਤੋਂ ਨਹੀਂ ਫਿਕਸ ਕੀਤੀ ਹੈ, ਬਟ ਨੋਰਮਲੀ ਬੰਦੇ ਮਤਲਬ ਜਿਸ ਤਰ੍ਹਾਂ ਪੋਲਿੰਗ ਸਟਾਫ ਦੀ ਐਫੀਸ਼ੀਐਂਸੀ ਹੁੰਦੀ ਹੈ ਉਸ ਹਿਸਾਬ ਨਾਲ ਉਹ ਵੈਰੀ ਕਰਦਾ ਹੈ। ਨੋਰਮਲੀ ਜੇ ਜ਼ਿਆਦਾ ਟਾਈਮ ਨਹੀਂ ਲੱਗਣਾ ਚਾਹੀਦਾ, ਅੱਧਾ ਮਿੰਟ ਦੇ ਅੰਦਰ ਅੰਦਰ ਸਾਰੇ ਪ੍ਰੋਸੀਜਰ, ਅੱਧਾ ਮਿੰਟ ਤੋਂ ਲੈ ਕੇ 1 ਮਿੰਟ ਤੱਕ ਜਿੰਨੇ ਵੀ ਪ੍ਰੋਸੀਜਰ ਹੈ ਉਹ ਹੋਣਾ ਚਾਹੀਦਾ। ਕੁਛ ਸਮਾਂ VVPAT ਦੀ ਜੋ ਸਲਿਪ ਨਿਕਲਣ ਦੇ ਲਈ ਨੋਰਮਲੀ ਹੁੰਦਾ ਹੈ, ਟਾਈਮ ਲੈਂਦਾ ਹੈ ਅਤੇ ਇਸ ਤਰ੍ਹਾਂ ਮੈਕਸੀਮਮ 1 ਮਿੰਟ 2 ਮਿੰਟ ਯੂ ਕੈਨ ਸੇ ਕਿ ਉਹਦੇ ਵਿੱਚ ਹੀ ਇੱਕ ਬੰਦੇ ਨੂੰ ਵੋਟ ਕਰਕੇ ਸਾਰੇ ਪ੍ਰੋਸੀਜਰ ਕਰਕੇ ਬਾਹਰ ਆ ਸਕੇ। ਅੱਛਾ ਸਰ, ਇਹਨਾਂ ਸਮਿਆਂ ਦੇ ਵਿੱਚ ਜਦੋਂ EVM ਮਸ਼ੀਨਾਂ ਆਈਆਂ ਨੇ ਬਹੁਤ ਰੌਲਾ ਪਿਆ ਵੀ ਆ, ਪਹਿਲਾਂ ਵੀ ਹੁਣ ਵੀ ਪੈਂਦਾ, ਬਈ EVM ਵੋਟਾਂ ਜਿਹੜੀਆਂ ਮਸ਼ੀਨਾਂ ਨੇ EVM ਮਸ਼ੀਨਾਂ ਹੈਕ ਹੋ ਜਾਂਦੀਆਂ ਨੇ?
ਨਹੀਂ ਦੇਖੋ ਈ ਵੀ ਐਮ ਮਸ਼ੀਨ ਦੇ ਵਿੱਚ ਕਾਫੀ ਐਕਸਪੈਰੀਮੈਂਟ ਮਤਲਬ ਐਕਸਪੈਰੀਮੈਂਟ ਇਨ ਦਾ ਸੈਂਸ ਕਿ ਕਾਫੀ ਦੇਰ ਤੋਂ ਅਸੀਂ ਯੂਜ ਕਰ ਰਹੇ ਸਾਰੇ ਕਾਫੀ ਦੇਰ ਤੋਂ ਯੂਜ਼ ਕਰ ਰਹੇ ਉਹ ਟਾਈਮ ਟੈਸਟਡ ਹੈ ਉਹਦੇ ਵਿੱਚ ਹੈਕਿੰਗ ਦਾ ਇਸ ਤਰ੍ਹਾਂ ਦੀ ਕਦੇ ਵੀ ਕੋਈ ਕੇਸ ਵੀ ਅਜੇ ਤੱਕ ਆਇਆ ਨਹੀਂ ਹੈ ਅਤੇ ਲੋਕਾਂ ਨੂੰ ਵੀ ਇੱਕ ਚੈਲੰਜ ਕਮਿਸ਼ਨ ਵੱਲੋਂ ਵੀ ਦਿੱਤੀ ਸੀ ਕਿ ਤੁਸੀਂ ਹੈਕ ਕਰਕੇ ਦਿਖਾਓ ਪਰ ਅਜੇ ਤੱਕ ਕਿਸੇ ਨੇ ਉਹਦੇ ਵਿੱਚ ਸਕਸੈਸਫੁਲ ਨਹੀਂ ਹੋਇਆ ਉਹ ਲੇਟੈਸਟ ਜੋ ਸੁਪਰੀਮ ਕੋਰਟ ਦੀ ਜਜਮੈਂਟ ਹੈ ਉਹ ਵੀ ਜੋ ਈ ਵੀ ਐਮ ਦੀ ਜੋ ਸੈਂਕਟੀਟੀ ਹੈ ਉਹਨੂੰ ਬਰਕਰਾਰ ਰੱਖ ਰਿਹਾ ਅਤੇ ਲੋਕਾਂ ਨੂੰ ਇਹਦੇ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇੱਕ ਚੰਗੀ ਉਪਰਾਲਾ ਕੀਤੀ ਹੈ ਤਾਂ ਕਿ ਜੋ ਕਾਊਂਟਿੰਗ ਦੇ ਲਈ ਔਰ ਵੋਟਿੰਗ ਦੇ ਲਈ ਵੀ ਆਸਾਨੀ ਹੈ ਅਤੇ ਕਾਊਂਟਿੰਗ ਦੇ ਲਈ ਵੀ ਆਸਾਨੀ ਹੈ ਟਾਈਮ ਬਹੁਤ ਬਚ ਜਾਂਦੀ ਹੈ ਇਹਦੇ ਨਾਲ ਇੱਕ ਸਰ ਬੜਾ ਅਹਿਮ ਸਵਾਲ ਆ ਜੀ ਆਮ ਲੋਕਾਂ ਦਾ ਇੱਕ ਬਹਾਨਾ ਹੁੰਦਾ ਆ ਕਿ ਸਾਡੇ ਹਲਕੇ 'ਚ ਜਿਹੜੇ ਉਮੀਦਵਾਰ ਖੜ੍ਹੇ ਨੇ ਮੈਨੂੰ ਇਹਨਾਂ 'ਚ ਕੋਈ ਪਸੰਦ ਨਹੀਂ ਹੈਗਾ ਇਸ ਕਰਕੇ ਮੈਂ ਵੋਟ ਪਾਉਣ ਨਹੀਂ ਜਾਣਾ ਹੈ ਇਹੋ ਜਿਹੇ ਸਰ ਵੋਟਰਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਜੀ ਨਹੀਂ ਉਹਦੇ ਵਾਸਤੇ ਹੀ ਅਸੀਂ ਨਨ ਆਫ ਦੀ ਅਬਵ ਜੋ ਹੈ ਕਿਸੇ ਵੋਟਰ ਨੂੰ ਕੋਈ ਕੈਂਡੀਡੇਟ ਪਸੰਦ ਨਹੀਂ ਕੋਈ ਵੀ ਕੈਂਡੀਡੇਟ ਪਸੰਦ ਨਹੀਂ ਹੈ ਤੋ ਉਹਨਾਂ ਦੇ ਲਈ ਨਨ ਆਫ ਦੀ ਅਬੋਵ ਆਪਸ਼ਨ ਹੈ ਨੋਟ ਆ ਆਪਸ਼ਨ ਹੈ ਤੋ ਜੋ ਵੋਟਰ ਆਪਣੀ ਜੋ ਵੋਟਿੰਗ ਦਾ ਤਾਕਤ ਖੋਣਾ ਨਹੀਂ ਚਾਹੁੰਦੇ ਉਹ ਜ਼ਰੂਰ ਆਪਣੇ ਪੋਲਿੰਗ ਸਟੇਸ਼ਨ 'ਤੇ ਆ ਕੇ ਨਨ ਆਫ ਦੀ ਅਬੋਵ ਆਪਸ਼ਨ ਨੂੰ ਵੋਟ ਕਰ ਸਕਦੇ ਹੈ ਤੋ ਇਹ ਇੰਡੀਵਿਜੁਅਲ ਚੋਇਸ ਹੈ ਇਹਦੇ ਲਈ ਕਮਿਸ਼ਨ ਨੇ ਇੱਕ ਉਪਰਾਲਾ ਕੀਤਾ ਇਹਨਾਂ ਵਿੱਚ ਤਾਂ ਕਿ ਲੋਕਾਂ ਨੂੰ ਜੋ ਕੈਂਡੀਡੇਟ ਪਸੰਦ ਨਹੀਂ ਉਹਨਾਂ ਦੇ ਲਈ ਇਹ ਕਰ ਸਕਦੇ ਮਤਲਬ ਸਰ ਇਹ ਨਹੀਂ ਹੈ ਕਿ ਘਰ ਬੈਠ ਜਾਓ ਸਾਨੂੰ ਵੀ ਉਮੀਦ ਵੋਟ ਜ਼ਰੂਰ ਪਾਓ ਭਾਵੇਂ ਨੋਟਾਂ ਨੂੰ ਪਾ ਕੇ ਹਾਂ ਡੈਫੀਨੇਟਲੀ ਲੋਕਾਂ ਨੂੰ ਆਪਣੀ ਜੋ ਵੋਟ ਦੀ ਤਾਕਤ ਹੈ ਉਹਨਾਂ ਨੂੰ ਉਹਦੀ ਪਹਿਚਾਣ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਉਹ ਜ਼ਰੂਰ ਯੂਜ਼ ਕਰਨਾ ਚਾਹੀਦਾ ਤਾਂ ਕਿ ਉਹਨਾਂ ਦੀ ਜੋ ਵੋਇਸ ਹੈ ਔਰ ਤਾਕਤ ਹੈ ਉਹ ਬਰਕਰਾਰ ਰੱਖੇ ਅਤੇ ਸਰ ਜਦੋਂ 1 ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ 4 ਤਰੀਕ ਨੂੰ ਉਹਨਾਂ ਦੀ ਕਾਊਂਟਿੰਗ ਹੋਣੀ ਹੈ ਜੀ ਸਰ ਕਾਊਂਟਿੰਗ ਪ੍ਰੋਸੈਸ ਕੀ ਹੈ ਇੱਥੋਂ ਮਤਲਬ ਬਰੀਫ ਦੇ ਵਿੱਚ ਦੱਸ ਦਿਓ ਕਿੰਨੇ ਵਜੇ ਸਟਾਰਟ ਹੋ ਗਏ ਪਹਿਲਾਂ ਮਸ਼ੀਨਾਂ ਖੁੱਲ੍ਹਦੀਆਂ ਨੇ ਜਾਂ ਪਹਿਲਾਂ ਪੋਸਟਲ ਬੈਲਟ ਖੁੱਲ੍ਹਦੇ ਨੇ ਉਹ ਕੀ ਹੈ ਜੀ ਥੋੜ੍ਹਾ ਜਿਹਾ ਉਹਦੇ ਬਾਰੇ ਜਾਣਕਾਰੀ ਦੇ ਦਿਓ ਦੇਖੋ ਨੋਰਮਲੀ ਮਸ਼ੀਨ ਦਾ ਕਾਊਂਟਿੰਗ 8 ਵਜੇ ਸ਼ੁਰੂ ਹੁੰਦੀ ਹੈ ਅਤੇ ਪਹਿਲੇ ਤੋਂ ਪੋਸਟਲ ਬੈਲਟ ਗਿਣਦੇ ਹੈ ਜੋ ਪੋਸਟਲ ਬੈਲਟ ਜਿੰਨੇ ਵੀ ਆਏ ਹੋਏ ਇੱਕ ਤੋਂ ਸਾਡੇ ਕੋਲ ਸਰਵਿਸ ਵੋਟਰਸ ਦੀ ਪੋਸਟਲ ਬੈਲਟ ਆਉਂਦੀ ਹੈ ਜੋ ETPBMS ਇਲੈਕਟ੍ਰੋਨਿਕਲੀ ਟਰਾਂਸਮਿਟਡ ਆਉਂਦੀ ਹੈ ਅਤੇ ਉਸ ਤੋਂ ਬਾਅਦ ਜੋ ਆਪਣੇ ਜੋ ਪੋਲਿੰਗ ਸਟਾਫ ਵਗੈਰਾ ਦੀ ਪੋਸਟਲ ਬੈਲਟ ਹੈ ਇਹ ਸਾਰੇ ਇਕੱਠਾ ਹੀ ਪੋਸਟ ਇਲੈਕਟ੍ਰੋਨਿਕ ਟਰਾਂਸਮਿਟਡ ਪੋਸਟਲ ਬੈਲਟ ਦੇ ਵਿੱਚ ਥੋੜ੍ਹਾ ਸਾ ਟੈਕਨੀਕਲੀ ਉਹ ਗਿਣਨਾ ਪੈਂਦਾ ਉਹਨਾਂ ਦੀ ਉਹ ਮਿਲਾਨ ਵਗੈਰਾ ਕਰਨਾ ਪੈਂਦਾ ਤਾਂ ਉਸ ਤੋਂ ਬਾਅਦ ਸਾਡੀ ਨੋਰਮਲ ਪੋਸਟਲ ਬੈਲਟ ਹੈ ਉਹ ਵੀ ਗਿਣਦਾ ਬਟ ਪੈਰਲਲੀ EVM ਵੀ ਸ਼ੁਰੂ ਹੋ ਜਾਂਦੀ ਹੈ 10-15 ਮਿੰਟ ਤੋਂ ਬਾਅਦ ਫਿਰ EVM ਮਸ਼ੀਨਸ ਦੀ ਕਾਊਂਟਿੰਗ ਸ਼ੁਰੂ ਹੋ ਜਾਂਦੀ ਹੈ ਔਰ ਸਾਡੀ ਜੋ ਟਾਈਮਿੰਗ ਹੈ ਸਟਾਰਟ ਆਫ ਕਾਊਂਟਿੰਗ 8 ਵਜੇ ਹੈ ਤੋ ਡਿਪੈਂਡਿੰਗ ਅਪੋਨ ਉਹ ਅੱਗੇ ਚਲੇ ਜਾਂਦੇ ਕਿ ਕਿਤਨੀ ਪੋਸਟਲ ਬੈਲਟ ਹੈ ਕਿਤਨੀ ਮਸ਼ੀਨਸ ਦਾ ਕਿੰਨੀ ਸਪੀਡ ਨਾਲ ਗਿਣਦੇ ਹੈ ਵਗੈਰਾ ਪਰ ਨੋਰਮਲੀ ਐਕਸਪੈਕਟਡ ਰਿਜ਼ਲਟ ਜੋ ਹੈ ਕਾਊਂਟਿੰਗ ਦਿਨ ਜੋ 4th June ਨੂੰ ਹੈ ਬਾਈ ਆਲਮੋਸਟ ਆਫਟਰਨੂਨ ਸਾਡੇ ਕੋਲ ਪੂਰੀ ਰਿਜ਼ਲਟ ਆਉਣ ਦੀ ਉਮੀਦ ਹੈ ਸਰ ਡਿਸਾਈਡ ਹੋ ਗਿਆ ਜੀ ਕਿੰਨੇ ਸੈਂਟਰਾਂ 'ਚ ਕਿੰਨੀ ਜਗ੍ਹਾ ਰਿਜ਼ਲਟ ਕਾਊਂਟ ਹੋਣਾ ਹੈ ਜੀ ਹਾਂ ਸਾਡੇ ਕੋਲ ਬੇਸਿਕਲੀ 117 ਅਸੈਂਬਲੀ ਕੋਨਸਟੀਟੂਐਂਸੀਜ਼ ਹੈ ਤੋ 117 ਅਸੈਂਬਲੀ ਕੋਨਸਟੀਟੂਐਂਸੀ ਪਾਰਲੀਮੈਂਟਰੀ ਕੋਨਸਟੀਟੂਐਂਸੀ ਦਾ ਪਾਰਟ ਬਣ ਜਾਂਦੀ ਹੈ ਤੋ ਉਹਨਾਂ ਨੂੰ ਅਸੈਂਬਲੀ ਸੈਗਮੈਂਟ ਕਹਿੰਦੇ ਤੋ ਅਸੈਂਬਲੀ ਸੈਗਮੈਂਟ ਦਾ ਜੋ ਕਾਊਂਟਿੰਗ ਹੈ ਉਹ ਹਰ ਇੱਕ ਪੋਲਿੰਗ ਸੈਂਟਰ ਹੁੰਦਾ
ਜੋ ਪੋਲਿੰਗ ਸੈਂਟਰ ਇੱਕ ਪੋਲਿੰਗ ਸਟੇਸ਼ਨ ਲੋਕੇਸ਼ਨ ਦੇ ਪੋਲਿੰਗ ਸੋਰੀ ਇੱਕ ਕਾਊਂਟਿੰਗ ਲੋਕੇਸ਼ਨ ਕਹਿੰਦੇ ਤੋ ਇੱਕ ਕਾਊਂਟਿੰਗ ਲੋਕੇਸ਼ਨ ਦੇ ਵਿੱਚ ਕਾਊਂਟਿੰਗ ਸੈਂਟਰ ਵੱਖਰਾ ਵੱਖਰਾ ਹੋ ਜਾਂਦਾ, ਜ਼ਿਆਦਾ ਵੀ ਹੋ ਸਕਦਾ ਘੱਟ ਵੀ ਹੋ ਸਕਦਾ। ਤੋ ਇਸ ਤਰ੍ਹਾਂ ਦੀ 48 ਕਾਊਂਟਿੰਗ ਲੋਕੇਸ਼ਨਸ ਹੈ, 117 ਸਾਡੀ ਕਾਊਂਟਿੰਗ ਸੈਂਟਰ ਹੈ। ਤੋ ਬਾਕੀ ਇਹ ਵੀ ਵੱਖਰੇ ਵੱਖਰੇ ਜ਼ਿਲ੍ਹੇ ਦੇ ਵਿੱਚ ਡਿਸਟ੍ਰੀਬਿਊਟਡ ਹੈ, ਕਿਉਂਕਿ 23 ਡਿਸਟ੍ਰਿਕਟ ਹੈ ਸਾਡੀ, 13 ਪਾਰਲੀਮੈਂਟਰੀ ਕੌਂਸਟੀਚੁਐਂਸੀ, 48 ਕਾਊਂਟਿੰਗ ਲੋਕੇਸ਼ਨਸ ਹੈ। ਅਤੇ ਸਰ ਜੇ ਕੋਈ ਆਮ ਵਿਅਕਤੀ ਆਮ ਵੋਟਰ ਜਾਣਨਾ ਚਾਹੇ ਉਸ ਦਿਨ 4 ਜੂਨ ਨੂੰ ਕਿ ਕੀ ਰਿਜ਼ਲਟ ਚੱਲ ਰਹੇ ਨੇ ਜੀ, ਕੌਣ ਅੱਗੇ ਆ ਕੌਣ, ਉਹ ਕੋਈ ਐਪ ਜਾਂ ਕੋਈ ਵੈਬਸਾਈਟ ਹੈ ਜਿੱਥੋਂ ਪਤਾ ਕਰ ਸਕਦੇ? ਦੇਖੋ ਸਾਡੀ ਜੋ ਰਿਜ਼ਲਟ ਹੈ ਉਹ ਨੋਰਮਲੀ ਸਾਡੀ ਜੋ ਇਨਫੋਰਮੇਸ਼ਨ ਸਾਡੇ ਕੋਲ ਆ ਜਾਂਦੀ ਹੈ ਅਸੀਂ ਮੀਡੀਆ ਨੂੰ ਟ੍ਰਾਂਸਫਰ ਕਰਦੇ ਹਾਂ। ਉਸ ਤੋਂ ਇਲਾਵਾ ECI ਦੀ ਵੈਬਸਾਈਟ ਹੈ ਰਿਜ਼ਲਟ ਵਾਸਤੇ, ECI ਨੋਰਮਲੀ ਇਸ ਵੈਬਸਾਈਟ 'ਤੇ ਜਾ ਸਕਦੇ, ਉੱਥੇ ਸਪੈਸ਼ਲੀ ਉਹ ਰਿਜ਼ਲਟ ਵਾਸਤੇ ਉਹਨਾਂ ਦੀ ਇੱਕ ਲਿੰਕ ਆ ਜਾਂਦੀ ਹੈ, ਉਹ ਅੱਗੇ ਦੂਸਰੀ ਪੋਰਟਲ 'ਤੇ ਉਹਨਾਂ ਨੂੰ ਡਾਇਰੈਕਟ ਕਰ ਦਿੰਦੀ ਹੈ ਅਤੇ ਉਹਦੇ ਵਿੱਚ ਔਨਲਾਈਨ ਨਾਲ ਦੀ ਨਾਲ ਉਹਨਾਂ ਦੀ ਇਨਫੋਰਮੇਸ਼ਨ ਆ ਜਾਂਦੀ ਹੈ। ਸਾਡੇ ਕੋਲ ਵੀ ਇੱਕ ਪੋਲ ਐਕਟੀਵਿਟੀਜ਼ ਮੋਨੀਟਰਿੰਗ ਸਿਸਟਮ ਹੈ, ਉਹਦੇ ਵਿੱਚ ਵੀ ਰਿਜ਼ਲਟ ਆਉਂਦੀ ਹੈ ਅਤੇ ਅਸੀਂ ਸਿੱਧਾ ਮੀਡੀਆ ਨੂੰ ਉਹ ਅੱਗੇ ਪਾਸ ਆਨ ਕਰਦੇ ਹਾਂ। ਇੱਕ ਸਰ ਜ਼ਿਕਰ ਚੱਲ ਰਿਹਾ ਸੀ ਜੀ, ਸਨੈਪਚੈਟ ਦੇ ਵਿੱਚ ਕੋਈ ਨਵਾਂ ਫੀਚਰ ਸਟਾਰਟ ਕੀਤਾ ਗਿਆ ਜੀ, ਉਹ ਵੀ ਜ਼ਰੂਰ ਦੱਸ ਦਿਓ। ਹਾਂ, ਸਨੈਪਚੈਟ ਦੇ ਵਿੱਚ ਬੇਸਿਕਲੀ ਅਸੀਂ ਵੋਟਿੰਗ ਡੇ ਦੇ ਉੱਤੇ ਇੱਕ ਫਰੇਮ ਵਗੈਰਾ ਦੀ ਹੈ ਪ੍ਰੋਵਿਸ਼ਨ, ਤੋ ਲੋਕ ਉਹਦੇ ਵਿੱਚ ਵੀ ਫਰੇਮ ਜਾਂ ਕੋਈ ਵੀ ਉਹ ਲੋਗੋ ਵਗੈਰਾ ਦੀ ਆਪਸ਼ਨ ਹੈ, ਉਹਦੇ ਵਿੱਚ ਆਪਣੇ ਫੋਟੋ ਖਿੱਚ ਕੇ ਉਸੇ ਦਿਨ ਸਾਡੀ ਜੋ ਸਾਡੀ ਇੱਕ ਸੋਸ਼ਲ ਮੀਡੀਆ ਚੈਨਲਸ ਹੈ ਉਹਦੇ ਵਿੱਚ ਅਪਲੋਡ ਕਰ ਸਕਦਾ ਹੈ। ਤੋ ਤਾਂ ਕਿ ਉਹਨਾਂ ਦੀ ਫੋਟੋਜ਼ ਵਗੈਰਾ ਹੈ ਅਸੀਂ ਆਪਣੇ ਵੈਬ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਐਕਸ ਔਰ ਇੰਸਟਾਗ੍ਰਾਮ ਦੇ ਵਿੱਚ ਅਸੀਂ ਸ਼ੋਅ ਕਰਦੇ ਰਹਿਣਗੇ, ਅਤੇ ਇਹ ਆਪਸ਼ਨ ਹੈ। ਅੱਛਾ ਸਰ, ਅੰਤਿਮ ਸਵਾਲ ਹੈ ਜੀ, ਇਸ ਵਾਰ 70 ਵਾਰ ਇਹ ਟੀਚਾ ਅਸੀਂ ਮਿੱਥਿਆ ਹੋਇਆ ਅਤੇ ਇਹਦੇ ਬਾਰੇ ਬਹੁਤ ਵਾਰ ਜ਼ਿਕਰ ਕਰ ਲਿਆ ਹੈ ਜੀ, ਤੁਹਾਨੂੰ ਲੱਗਦਾ ਸਰ ਹੁਣ ਕਿ ਜਿਸ ਤਰ੍ਹਾਂ ਦੇ ਅਸੀਂ ਪੋਸੀਬਿਲਟੀਜ਼ ਲੈ ਕੇ ਚੱਲੇ ਸੀਗੇ, ਜਿਸ ਤਰ੍ਹਾਂ ਦਾ ਕੰਮ ਕਰ ਰਹੇ ਹਾਂ ਗਰਾਊਂਡ ਲੈਵਲ 'ਤੇ, ਇਹ ਟੀਚਾ ਪਾਰ ਹੋ ਜੂਗਾ ਜੀ? ਦੇਖੋ ਸਾਡੀ ਜੋ ਡੈਮੋਕ੍ਰੇਸੀ ਦਾ ਇੱਕ ਮੇਨ ਇੰਪੋਰਟੈਂਟ ਹਿੱਸਾ ਹੈ ਕਿ ਪਾਰਟੀਸੀਪੇਸ਼ਨ ਆਫ ਵੋਟਰਸ, ਤੋ ਇਹਦੇ ਵਾਸਤੇ ਅਸੀਂ ਇੱਕ ਟੀਚਾ ਰੱਖੀ ਹੈ 70 ਪਾਰ। ਤੋ ਮੇਰੇ ਖਿਆਲ 'ਚ ਅਸੀਂ ਸਾਡੇ ਜੋ ਜਿੰਨੇ ਵੀ ਸਵੀਪ ਟੀਮ ਹੈ ਪਿਛਲੇ 6 ਮਹੀਨੇ ਤੋਂ ਅਸੀਂ ਇਹਦੇ ਪਿੱਛੇ ਲੱਗੀ ਹੈ ਅਤੇ ਲੋਕਾਂ ਦੀ ਕਾਫੀ ਹਾਰਡ ਵਰਕ ਹੈ। ਤੋ ਅਸੀਂ ਇੱਕ ਟਰਨਆਊਟ ਇੰਪਲੀਮੈਂਟੇਸ਼ਨ ਪਲਾਨ ਵੀ ਬਣਾਇਆ ਹੈ, ਉਹ ਇੰਪਲੀਮੈਂਟੇਸ਼ਨ ਉਹ ਪਲਾਨ ਜੋ ਹੈ ਅਸੀਂ ਇੰਪਲੀਮੈਂਟ ਕਰੀ ਜਾ ਰਹੇ, ਅਤੇ ਇਹਦੀ 70% ਅਚੀਵ ਕਰਨ ਦੇ ਲਈ ਮੇਨ ਚੈਲੰਜ ਜੋ ਹੈ ਹੀਟ ਵੇਵ ਹੈ, ਅਤੇ ਹੀਟ ਵੇਵ ਵਾਸਤੇ ਵੀ ਅਸੀਂ ਕਾਫੀ ਕੋਸ਼ਿਸ਼ਾਂ ਕਰ ਰਹੇ ਕਿ ਪੋਲਿੰਗ ਸਟੇਸ਼ਨ 'ਤੇ ਲੋਕਾਂ ਨੂੰ ਮੈਕਸੀਮਮ ਫੈਸਿਲਿਟੀਜ਼ ਪ੍ਰੋਵਾਈਡ ਕੀਤੀ ਜਾਵੇ, ਵੱਧ ਤੋਂ ਵੱਧ ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾਵੇ, ਇਹ ਵੀ ਅਸੀਂ ਕੋਸ਼ਿਸ਼ ਕਰ ਰਹੇ। ਤੋ ਮੇਰੇ ਖਿਆਲ 'ਚ ਲੋਕਾਂ ਨੂੰ ਡੈਫੀਨੇਟਲੀ ਪੋਲਿੰਗ ਸਟੇਸ਼ਨ 'ਤੇ ਆ ਕੇ June 1 ਨੂੰ ਵੋਟ ਕਰਨਾ ਚਾਹੀਦਾ, ਅਤੇ ਸਾਡੀ ਜੋ ਟਾਰਗੇਟ ਹੈ ਉਹ ਅਸੀਂ ਇਸ ਵਾਰ 70 ਵਾਰ ਨੂੰ ਅਚੀਵ ਕਰਨਾ ਚਾਹੀਦਾ। ਅਤੇ ਮੈਂ ਸਾਰੇ ਵੋਟਰਸ ਨੂੰ, ਪੰਜਾਬ ਦੇ ਸਾਰੇ ਵੋਟਰਸ ਨੂੰ ਇਹ ਰਿਕੁਐਸਟ ਕਰਨਾ ਚਾਹੁੰਦਾ ਹਾਂ ਕਿ ਤੁਸੀਂ June 1 ਨੂੰ ਆਪਣੇ ਪੋਲਿੰਗ ਸਟੇਸ਼ਨ 'ਤੇ ਜ਼ਰੂਰ ਜਾਓ ਔਰ ਵੋਟ ਕਰੋ, ਉਹ ਸਾਡੀ ਜੋ ਟਾਰਗੇਟ ਹੈ ਇੱਕ ਇਸ ਵਾਰ 70 ਵਾਰ ਦਾ ਨਾਂ ਰਹਿਣਾ, ਟਾਰਗੇਟ ਨੂੰ ਅਚੀਵ ਕਰਨ ਦੇ ਲਈ ਸਾਨੂੰ ਸਹਿਯੋਗ ਦਿਓ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਇਹ ਸੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸੀ ਜੀ। 1 ਜੂਨ ਨੂੰ ਅਸੀਂ ਸਾਰਿਆਂ ਨੇ ਆਪੋ ਆਪਣੇ ਪੋਲਿੰਗ ਬੂਥਾਂ 'ਤੇ ਜਾ ਕੇ ਵੋਟ ਜ਼ਰੂਰ ਪਾਉਣੀ ਆ। ਇਸ ਪੋਡਕਾਸਟ ਸੀਰੀਜ਼ ਨੂੰ ਤੁਸੀਂ ਸਾਡੇ ਬਹੁਤ ਜ਼ਿਆਦਾ ਹੁਲਾਰਾ ਦਿੱਤਾ ਆ, ਬਹੁਤ ਤੁਹਾਡਾ ਹੁੰਗਾਰਾ ਸਕਾਰਾਤਮਕ ਰਿਹਾ ਆ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ।
ਪੰਜਾਬ ਮਨਾਏਗਾ ਚੋਣਾਂ ਦਾ ਪਰਵ 1 ਜੂਨ 2024 ਨੂੰ।